ਕੀ ਫਤਿਹ। ਹਾਂਜੀ, ਅਸੀਂ ਅੱਜ ਇੱਧਰ 31 ਦਸੰਬਰ ਮਨਾਉਣ ਆਏ ਹੋਏ ਹਾਂ ਅੰਮ੍ਰਿਤਸਰ ਦਰਬਾਰ ਸਾਹਿਬ 'ਤੇ। ਬੇਸਿਕਲੀ ਅਸੀਂ ਜੰਮੂ ਤੋਂ ਬਿਲੋਂਗ ਕਰਦੇ ਹਾਂ। ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਕਿ 31 ਦਸੰਬਰ ਕੋਈ ਫਰੈਂਡਸ ਨਾਲ ਮਨਾਉਂਦਾ, ਕੋਈ ਫੈਮਿਲੀ ਨਾਲ ਮਨਾਉਂਦਾ। ਬਟ ਅਸੀਂ ਇਸ ਵਾਰੀ ਸੋਚਿਆ ਸੀਗਾ ਕਿ ਗੁਰੂ ਦੇ ਦਰ 'ਤੇ ਆ ਕੇ ਅਸੀਂ ਇਹ ਖੁਸ਼ੀਆਂ ਸਾਂਝੀਆਂ ਕਰਾਂਗੇ। ਤੁਸੀਂ ਦੇਖ ਸਕਦੇ ਹੋ ਹੋਰ ਵੀ ਸੰਗਤ ਇੱਥੇ ਆ ਕੇ ਜੁੜੀ ਹੈ, ਅਲੱਗ ਅਲੱਗ ਸ਼ਹਿਰਾਂ ਤੋਂ ਆ ਕੇ ਜੁੜੀ ਹੈ। ਸਾਨੂੰ ਬਹੁਤ ਹੀ ਅੱਛਾ ਲੱਗ ਰਿਹਾ ਅਤੇ ਅਸੀਂ ਇੱਧਰ ਦੁਆ ਕਰਦੇ ਹਾਂ ਕਿ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ, ਔਰ ਹੋਰ ਆਉਣ ਵਾਲੇ ਟਾਈਮ 'ਚ ਅਸੀਂ ਦੁਬਾਰਾ ਤੋਂ ਵੱਧ ਚੜ੍ਹ ਕੇ ਇਸ ਦਰ 'ਤੇ ਆਈਏ ਔਰ ਦਰਸ਼ਨ ਕਰੀਏ। ਮੈਂ ਸਰ ਜੰਮੂ ਤੋਂ ਬਿਲੋਂਗ ਕਰਦਾ, ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ। ਆਪਾਂ 31 ਦਸੰਬਰ ਮਨਾਉਣ ਆਏ ਸੀ ਅਤੇ ਆਪਾਂ ਪਹਿਲਾਂ 31 ਦਸੰਬਰ 5-6 ਸਾਲ ਫਰੈਂਡ ਨਾਲ ਮਨਾਇਆ ਸੀਗਾ ਅਤੇ ਆਪਾਂ ਇਸ ਵਾਰ ਸੋਚਿਆ ਸੀ ਕਿ ਆਪਾਂ ਗੁਰੂ ਦੇ ਦਰਬਾਰ ਆ ਕੇ ਆਪਾਂ 31 ਦਸੰਬਰ ਮਨਾਵਾਂਗੇ ਅਤੇ ਅੱਜ ਬਹੁਤ ਹੀ ਚੰਗਾ ਫੀਲ ਹੋ ਰਿਹਾ। ਆਪਾਂ ਸੰਗਤ ਜੁੜੀ ਹੋਈ ਹੈ ਅਤੇ ਆਪਾਂ ਇੰਨਾ ਹੀ ਕਹਿਣਾ ਚਾਹੁੰਦਾ, ਬਸ ਵਾਹਿਗੁਰੂ ਜੀ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਨਵਾਂ ਸਾਲ ਗੁਰੂ ਘਰ ਦੇ ਵਿੱਚ ਬਣਾਇਆ ਜਾਂਦਾ, ਇਸ ਤਰ੍ਹਾਂ ਕੀ ਪਾਈਆਂ ਜਿਵੇਂ ਨਵਾਂ ਸਾਲ ਆ ਜੀ, ਅਸੀਂ ਅੱਜ ਇੱਥੇ ਸੈਲੀਬ੍ਰੇਟ ਕਰ ਰਹੇ। ਬਹੁਤ ਲੋਕ ਵੇਖਦੇ ਅਸੀਂ ਜੀ, ਕੋਈ ਕਲੱਬ 'ਚ ਆ, ਕੋਈ ਕਿੱਥੇ ਆ, ਅਸੀਂ ਭਾਗਾਂ ਨੇ ਜੀ, ਇੱਥੇ ਆਏ ਹਾਂ ਨਾਲ ਵੀਰ ਭਰਾ ਨੇ ਜੀ ਸਾਰੇ। ਅਸੀਂ ਇਹੀ ਅਰਦਾਸ ਕਰਦੇ ਸਾਰਿਆਂ ਦਾ ਵਧੀਆ ਨਵਾਂ ਸਾਲ ਵਧੀਆ ਲੰਘੇ, ਬਰਕਤਾਂ ਭਰਾ ਲੰਘੇ। ਬਸ ਜੀ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ। ਅਤੇ ਨਵੇਂ ਸਾਲ ਦੀ ਮੈਂ ਸਾਰਿਆਂ ਨੂੰ ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦੀ ਹਾਂ ਅਤੇ ਸਾਡੇ ਲਈ ਨਵਾਂ ਸਾਲ ਬਹੁਤ ਵਧੀਆ ਚੜ੍ਹੇ ਹੈ। ਅਸੀਂ ਬਾਬਾ ਜੀ ਦੇ ਘਰ ਆਏ ਹੋਏ ਹਾਂ ਮੱਥਾ ਟੇਕਣ ਅਤੇ ਬਹੁਤ ਵਧੀਆ ਲੱਗ ਰਿਹਾ। ਨਵੇਂ ਸਾਲ ਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਅਸੀਂ ਅੱਜ ਨਵਾਂ ਸਾਲ ਬਾਬਾ ਜੀ ਦੇ ਘਰ ਮਨਾਉਣ ਆਏ ਹਾਂ। ਨਵੇਂ ਸਾਲ ਦੇ ਨਾਲ ਨਾਲ ਮੇਰੇ ਬੇਟੇ ਦਾ ਬਰਥਡੇ ਵੀ ਹੈ ਅਤੇ ਸਭ ਨੂੰ ਸਭ ਦੇ ਵਾਸਤੇ ਨਵਾਂ ਸਾਲ ਬਹੁਤ ਖੁਸ਼ੀਆਂ ਲੈ ਕੇ ਆਵੇ। ਸਭ ਨੂੰ ਬਹੁਤ ਬਹੁਤ ਮੁਬਾਰਕਾਂ ਨਵੇਂ ਸਾਲ ਦੀਆਂ, ਚੜ੍ਹਦੀ ਕਲਾ ਸਭ ਦੇ ਨਾਲ, ਗੁਰੂ ਨਾਨਕ ਦੇ ਪਰੇ ਸਰਬੱਤ ਦਾ ਭਲਾ। ਥੈਂਕ ਯੂ। ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ? ਪਾਓ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ, ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ। ਕਰੋ 93978 93978।